ਪੰਜਾਬ ਦੇ ਵਿੱਚ ਆਏ ਦਿਨ ਲੁਟੇਰਿਆਂ ਤੇ ਬਦਮਾਸ਼ਾਂ ਦੇ ਹੌਸਲੇ ਬੁਲੰਦ ਹੋ ਰਹੇ ਜਾ ਰਹੇ ਨੇ, ਜਿਸ ਕਾਰਨ ਲੁੱਟ ਦੀਆਂ ਕਈ ਵਾਰਦਾਤਾਂ ਸਾਹਮਣੇ ਆ ਰਹੀਆਂ ਨੇ। ਅਜਿਹਾ ਇੱਕ ਹੋਰ ਮਾਮਲਾ ਫਰੀਦਕੋਟ ਦੇ ਕਸਬਾ ਜੈਤੋ ਤੋਂ ਸਾਹਮਣੇ ਆਇਆ ਏ, ਜਿੱਥੇ ਪਿਸਤੌਲ ਦੇ ਜ਼ੋਰ ਤੇ ਕੁਝ ਬਾਈਕ ਸਵਾਰ ਨੌਜਵਾਨਾਂ ਨੇ ਕਰਿਆਨੇ ਦੀ ਦੁਕਾਨ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਲੁੱਟ ਦੀ ਸਾਰੀ ਘਟਨਾ ਦੁਕਾਨ ਤੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ, ਜਿਸ ਦੇ ਆਧਾਰ ਤੇ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਬਾਈਕ ਸਵਾਰ ਤੇ ਨੌਜਵਾਨ ਹਥਿਆਰ ਦੀ ਨੋਕ ਤੇ ਕਰਿਆਨੇ ਦੀ ਦੁਕਾਨ ਤੇ ਬੈਠੇ ਵਿਅਕਤੀ ਦੀਆਂ ਅੱਖਾਂ ਵਿੱਚ ਮਿਰਚ ਪਾ ਕੇ 40,000 ਰੁਪਏ ਦੀ ਨਕਦੀ ਲੈ ਕੇ ਮੌਕੇ ਤੋਂ ਫਰਾਰ ਹੋ ਗਈ। ਰਾਵਾਂ 9 ਵਜੇ 2 ਬੰਦੇ ਅੰਦਰ ਆਏ ਜੀ, ਇੱਕ ਕੋਲ ਰਿਵਾਲਵਰ ਸੀ, ਇੱਕ ਨੇ ਮਿਰਚਾਂ ਮੁੱਠੀ ਮੇਰੇ ਮਾਰੀ, ਕਹਿੰਦੇ ਪੈ ਕਿੱਥੇ ਆ ਨਹੀਂ ਉਹ ਜਦ ਫੈਰ ਮਾਰ ਨਹੀਂ ਦਿੰਦਾ ਵਾ, ਗੱਲੇ 8-7 ਹਜ਼ਾਰ ਰੁਪਏ ਦੀ 22-23 ਹਜ਼ਾਰ ਰੁਪਏ ਜੇਬ ਤੋਂ ਸੀਗਾ, ਰਾਸੇ ਦੇ ਕੱਢ ਕੇ ਭੱਜ ਗਏ ਜੀ। ਦੇਖ ਦੋ ਇੱਕ ਬੰਦਾ ਬਾਹਰ ਖੜਾ ਸੀ, 3 ਜਣੇ ਮੋਟਰਸਾਈਕਲ ਚੜ੍ਹ ਕੇ ਚਲੇ ਗਏ ਇੱਧਰ ਗੁਰੀ ਢਾਬਾ ਤੋਂ। ਉਹਨੂੰ ਕੋਲ ਹਥਿਆਰ ਸੀਗਾ, ਆਏ ਹੈ ਰਿਵਾਲਵਰ ਸੀ, ਰਿਵਾਲਵਰ ਸੀਗਾ ਹਾਂ, ਅਤੇ ਸੀਸੀਟੀਵੀ ਕੈਮਰੇ ਵਿੱਚ ਆਏ ਹੈ ਜੇ ਕਿਸੇ ਕੋਈ ਪਹਿਚਾਣ ਹੋਈ ਹੈ ਵੀ ਕੌਣ ਸੀਗੀ? ਨਹੀਂ, ਕੋਈ ਮੂੰਹ ਬੰਨੇ ਵੈਸੇ ਜੀ, ਮੂੰਹ ਬੰਨੇ ਸੀ। ਉਹ ਤੋਂ ਬਾਅਦ ਪੁਲਿਸ ਆਈ, ਪੁਲਿਸ ਕੀ ਕਹਿ ਰਹੀ ਹੈ ਸਰ? ਉਹ ਸਾਰਾ ਉਹ ਲਿਖ ਕੇ ਲੱਗੀ, ਥੋੜ੍ਹਾ ਪੁੱਛਿਆ ਮੈਂ ਦੱਸਤਾ ਉਹਨਾਂ ਨੂੰ ਬਾਕਾ ਜੀ। ਜੀ, ਇਹ ਬੱਸ ਸਟੈਂਡ ਤੋਂ ਕਿੰਨੇ ਕਿਲੋਮੀਟਰ ਦਾ ਜਾਂ ਕਿੰਨਾ? ਇਲਾਹਾਬਾਦ ਬੈਂਕ ਦੇ ਨਾਲ ਪੈਂਦਾ ਜਾਵਾ ਜੀ, ਇਲਾਹਾਬਾਦ ਬੈਂਕ ਦੇ ਨਾਲ। ਹੁਣ ਤੁਸੀਂ ਕੀ ਮੰਗ ਕਰਦੇ ਹੋ, ਕੀ ਹੋਣਾ ਚਾਹੀਦਾ? ਪਹਿਲਾਂ ਕੁਛ ਨਹੀਂ ਕਰਦੇ, ਆਪਾਂ ਤਾਂ ਇਹ ਕਹਿੰਦੇ ਵੀ ਗਾਹ ਨੂੰ ਸਾਡੇ ਕੋਈ ਇਹੋ ਜਿਹਾ ਵਾਕ ਆਉਣਾ ਹੋਏ ਬਸ ਜੀ, ਉਹ ਆਪਾਂ ਰੋਜ਼ ਦੁਕਾਨ 'ਤੇ ਆਉਣਾ ਜਾਣਾ, ਇਹ ਚੱਕਰ ਹੈ ਵੀ ਆਪਾਂ ਦੁਕਾਨਦਾਰ ਬੰਦੇ ਹਾਂ। ਟੋਟਲ ਕਿੰਨਾ ਕੈਸ਼ ਸੀਗਾ ਤੁਹਾਡੇ ਕੋਲ? ਮੈਂ 30-32 ਹਜ਼ਾਰ ਦੇ ਦਿੱਤੀ ਸੀ ਜੀ, 22-23 ਹਜ਼ਾਰ ਮੈਂ ਜੇਬ 'ਚ ਕੱਢਿਆ ਜੀ, 8-9 ਹਜ਼ਾਰ ਕੱਢੇ ਬੰਦੇ ਨੌਕਰੀ ਤੋਂ। ਮਾਹੌਲ ਤਾਂ ਬੜਾ ਖਰਾਬ ਹੈ ਜੀ ਜੈਤੋ ਦੇ ਵਿੱਚ, ਕਿਉਂਕਿ ਵਾਰਦਾਤਾਂ ਥੋੜ੍ਹੀਆਂ ਬਹੁਤ ਛੋਟੀਆਂ ਮੋਟੀਆਂ ਥੋੜ੍ਹੇ ਦਿਨਾਂ ਬਾਅਦ ਹੁੰਦੀਆਂ ਹੀ ਰਹਿੰਦੀਆਂ। ਥਾਣਾ ਜਦੋਂ ਕਿ ਇੱਥੋਂ ਸਿਰਫ 3-4 ਮੀਟਰ ਦੀ ਦੂਰੀ 'ਤੇ ਹੀ ਹੈ, ਬਹੁਤ ਜ਼ਿਆਦਾ ਨਹੀਂ, ਬੱਸ ਸਟੈਂਡ ਬਿਲਕੁਲ 50 ਮੀਟਰ ਦੀ ਦੂਰੀ 'ਤੇ। ਔਰ ਇਸ ਤਰੀਕੇ ਦੀ ਜਿਹੜੀ ਵਾਰਦਾਤ ਹੈ, ਇਸ ਤਰ੍ਹਾਂ ਦੀ ਚਲਦੀ ਰੋਡ ਹੋਵੇ, ਔਰ ਸਾਡੀਆਂ ਦੇ ਹੌਸਲੇ ਇੰਨੇ ਕੁ ਬੁਲੰਦ ਹੈ ਕਿ ਜਿੱਥੇ ਜੀ ਕਰਦਾ ਉਹਨਾਂ ਦਾ ਜੋ ਵੀ ਵਾਰਦਾਤ ਕਰ ਦਿੰਦੇ ਆ, ਇਹ ਮਾੜੀ ਘਟਨਾ ਜਿੱਥੋਂ ਵਾਸਤੇ ਆਮ ਵਪਾਰੀ ਵਰਗ ਨੂੰ ਵੀ ਖਤਰਾ ਇਹਨਾਂ ਚੀਜ਼ਾਂ ਦਾ। ਦੂਜੇ ਪਾਸੇ ਪੁਲਿਸ ਨੇ ਸੀਸੀਟੀਵੀ ਫੁਟੇਜ ਨੂੰ ਕਬਜ਼ੇ ਦੇ ਵਿੱਚ ਲੈ ਕੇ ਅਤੇ ਪੀੜਿਤ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕੀ ਦੇਖ ਰਹੇ ਹੋ? ਪਟਿਆਲਾ ਟੀਵੀ, ਪਟਿਆਲਾ ਟੀਵੀ ਜੋੜੇ ਆਪ ਜੀ ਨੂੰ ਸੁਣੇ ਪੰਜਾਬ ਅਤੇ ਦੇਸ਼ ਨਾਲ, ਹਮੇਸ਼ਾ ਦੇਖਦੇ ਰਹੋ ਪਟਿਆਲਾ ਟੀਵੀ। ਗੁਰੂ ਨਾਨਕ ਇੰਸਟੀਚਿਊਟ ਆਫ ਮੈਡੀਕਲ ਟੈਕਨੋਲੋਜੀ, ਪੰਜਾਬ ਦਾ ਨੰਬਰ 1 ਦੁਬਈ ਗਲੋਬਲ ਅਚੀਵਰ ਅਵਾਰਡ ਪ੍ਰਾਪਤ, 1991 ਵਿੱਚ ਸਥਾਪਿਤ ਹੋਈ ਪਟਿਆਲਾ ਦੀ ਸਵੈ ਰੁਜ਼ਗਾਰ ਪ੍ਰਦਾਨ ਕਰਾਉਣ ਵਾਲੀ ਪਹਿਲੀ ਅਤੇ ਪੁਰਾਣੀ ਸੰਸਥਾ, IPMT ਦੇਸ਼ ਭਗਤ ਯੂਨੀਵਰਸਿਟੀ ਅਤੇ PTU ਤੋਂ ਮਾਨਤਾ ਪ੍ਰਾਪਤ ਮਾਡਰਨ ਟੈਕਨੀਕਾਂ ਰਾਹੀਂ ਬਣੀ 5 ਮੰਜ਼ਿਲਾ ਇਹ ਸੰਸਥਾ 10ਵੀਂ ਅਤੇ +2 ਤੋਂ ਬਾਅਦ ਗੌਰਮੈਂਟ ਅਤੇ ISO ਸਰਟੀਫਾਈਡ ਡਿਪਲੋਮੇ OT, DMLT, ਐਕਸਰੇ, ਆਪਥਲਮਿਕ ਅਸਿਸਟੈਂਟ, ECG, ਫਿਜ਼ੀਓਥੈਰੇਪੀ, ਹੁਣ ਹਿੰਦੀ, ਪੰਜਾਬੀ ਤੇ ਅੰਗਰੇਜ਼ੀ ਵਿੱਚ ਵੀ ਕਰ ਸਕਦੇ ਹੋ। ਵਿਦਿਆਰਥੀ ਨੂੰ ਪੜ੍ਹਾਉਣ ਦੀਆਂ ਨਵੀਆਂ ਤਕਨੀਕਾਂ, ਲਾਈਵ ਪ੍ਰੋਜੈਕਟਰ, ਸਲਾਈਡ ਪ੍ਰੋਜੈਕਟਰ, ਓਵਰਹੈਡ ਪ੍ਰੋਜੈਕਟਰ, DMLT ਕੋਰਸਾਂ ਲਈ ਮੈਨੂਅਲ ਅਤੇ ਕੰਪਿਊਟਰਾਈਜ਼ਡ ਲੈਬ, ਆਪਰੇਸ਼ਨ ਥੀਏਟਰ, ਐਕਸਰੇ ਪਲਾਂਟ, ECG ਮਸ਼ੀਨ, ਆਈ ਟੈਸਟਿੰਗ ਅਤੇ ਚਸ਼ਮੇ ਬਣਾਉਣ ਦੀਆਂ ਮਸ਼ੀਨਾਂ, ਹੋਸਟਲ ਅਤੇ ਖਾਣੇ ਦਾ ਖਾਸ ਪ੍ਰਬੰਧ। ਤੁਸੀਂ ਵੀ ਆਪਣੇ ਬੱਚਿਆਂ ਦਾ ਫਿਊਚਰ ਸੰਵਾਰਨਾ ਚਾਹੁੰਦੇ ਹੋ ਤਾਂ ਸਾਡੇ ਇੰਸਟੀਚਿਊਟ ਤੇ ਇੱਕ ਵਾਰ ਆ ਕੇ ਜ਼ਰੂਰ ਵੇਖੋ। ਸੰਪਰਕ ਕਰੋ ਗੁਰੂ ਨਾਨਕ ਇੰਸਟੀਚਿਊਟ ਆਫ ਮੈਡੀਕਲ ਟੈਕਨੋਲੋਜੀ, ਮੇਨ ਰੋਡ, ਫੈਕਟਰੀ ਏਰੀਆ, ਨੇੜੇ ਸ਼ਿਵ ਮੰਦਿਰ, ਪਟਿਆਲਾ। 0175-2518-1510-93-560-91-567, 90-567-9002, www.gurunanakinstitute.com।